ਹਾਂਜੀ ਸਟੂਡੈਂਟਸ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਪਲੱਸ 2 ਕਲਾਸ ਦੇ ਪਾਰਟ A ਦੇ ਜਿਹੜੇ ਤੁਹਾਡੇ ਲੌਂਗ ਕੁਐਸ਼ਨ ਨੇ ਇੰਪੋਰਟੈਂਟ ਇੰਟੈਂਸਿਵ ਸਟੱਡੀ ਦੇ ਵਿੱਚੋਂ ਤੁਹਾਡੇ ਕੋਲ ਜਾਂ ਤਾਂ ਥੀਮ ਪੁੱਛੀ ਹੋਏਗੀ ਜਾਂ ਕੈਰੈਕਟਰ ਸਕੈਚ ਇਹ ਦੋਨਾਂ ਦੇ ਵਿੱਚੋਂ ਤੁਹਾਡੇ ਕੋਲ ਆਪਸ਼ਨ ਹੋਏਗੀ ਕਿ ਤੁਸੀਂ ਕੈਰੈਕਟਰ ਸਕੈਚ ਕਰਨਾ ਹੋਏਗਾ ਜਾਂ ਥੀਮ ਕਰਨੀ ਹੋਏਗੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਸਟ ਜਿਹੜੇ 올 ਚੈਪਟਰਸ ਦੇ ਕੈਰੈਕਟਰ ਸਕੈਚ ਨੇ ਮੇਨ ਉਹ ਦਿਖਾ ਰਹੀਆਂ ਉਹਨਾਂ ਦੇ ਆਨਸਰ ਦੱਸ ਰਹੀਆਂ ਬਟ ਜੇਕਰ ਤੁਸੀਂ ਚਾਹੋ ਕਿ ਕਈ ਵਾਰੀ ਹੁੰਦਾ ਹੈ ਕਿ ਆਪਾਂ ਨੂੰ ਕੋਈ ਕੈਰੈਕਟਰ ਸਕੈਚ ਨਹੀਂ ਆ ਰਿਹਾ ਸਮਝ ਨਹੀਂ ਆ ਰਿਹਾ ਜਾਂ ਤੁਸੀਂ ਥੀਮ ਕਰਨੀ ਚਾਹੋ ਤਾਂ ਉਸ ਟਾਈਮ ਤੇ ਤੁਸੀਂ ਕੀ ਕਰ ਸਕਦੇ ਹੋ ਉਸ ਸਿਚੁਏਸ਼ਨ ਦੇ ਵਿੱਚ ਇਸ ਨੂੰ ਕਰਨਾ ਜਦੋਂ ਤੁਸੀਂ ਬਿਲਕੁਲ ਬਲੈਂਕ ਹੋ ਜਿਹੜੇ ਤੁਹਾਨੂੰ ਉਸ ਚੈਪਟਰ ਦੇ 올 ਕੁਐਸ਼ਨ ਨੇ ਸ਼ਾਰਟ ਕੁਐਸ਼ਨ ਆਨਸਰ ਜਿੰਨੇ ਵੀ ਕੁਐਸ਼ਨਸ ਦੇ ਆਨਸਰ ਤੁਹਾਨੂੰ ਪਤਾ ਨੇ ਸ਼ਾਰਟ ਦੇ ਉਹ ਸਾਰੇ ਆਨਸਰ ਹੈ ਜਿਹੜੇ ਇੱਕ ਜਦੋਂ ਥੀਮ ਲਿਖਣੀ ਹੈ ਥੀਮ ਦੇ ਵਿੱਚ ਤੁਸੀਂ ਸਾਰੇ ਸ਼ਾਰਟ ਕੁਐਸ਼ਨਸ ਦੇ ਆਨਸਰ ਨੇ ਉਹ ਲਿਖ ਸਕਦੇ ਹੋ ਉਹ ਇੱਕ ਚਾਰ ਕਿਉਂਕਿ ਸ਼ਾਰਟ ਕੁਐਸ਼ਨਸ ਦੇ ਵਿੱਚ ਸਾਰੀ ਸਟੋਰੀ ਜਿਹੜੀ ਆਪਣੀ ਕਵਰ ਅਪ ਹੋਈ ਹੋਈ ਹੁੰਦੀ ਆ ਸੋ ਜੇ ਇਨ ਕੇਸ ਤੁਹਾਨੂੰ ਕਦੀ ਹੋ ਰਿਹਾ ਤੁਹਾਡੇ ਨਾਲ ਕਿ ਤੁਹਾਨੂੰ ਕੈਰੈਕਟਰ ਸਕੈਚ ਵੀ ਨਹੀਂ ਆ ਰਿਹਾ ਥੀਮ ਵੀ ਨਹੀਂ ਆ ਰਹੀ ਤਾਂ ਉਸ ਚੈਪਟਰ ਦੀ ਥੀਮ ਦੇ ਵਿੱਚ ਜਿਹੜੇ ਤੁਸੀਂ ਸ਼ਾਰਟ ਕੁਐਸ਼ਨ ਦੇ ਅਨਸਰ ਜਿਹੜੇ ਤੁਹਾਨੂੰ ਆਉਂਦੇ ਨੇ ਉਹ ਸਾਰੇ ਲਿਖ ਸਕਦੇ ਹੋ ਸੋ ਸਟਾਰਟ ਕਰ ਦਿਆਂ ਫਰਸਟ ਆਪਣੇ ਕੋਲ ਚੈਪਟਰ ਹੈ ਹਸਨਜ਼ ਟੈਂਡਰਸ ਪ੍ਰੋਬਲਮ ਉਸ ਦੇ ਵਿੱਚ ਆਪਣੇ ਕੋਲ ਕੈਰੈਕਟਰ ਸਕੈਚ ਹੈ ਹਸਨ ਦਾ ਕੈਰੈਕਟਰ ਸਕੈਚ ਆਫ ਹਸਨ ਹਸਨੀਜ਼ ਦੀ ਮੇਨ ਕਰੈਕਟਰ ਫਸਟਲੀ ਜਿਹੜੀ ਫਸਟ ਲਾਈਨ ਹੈ ਤੁਸੀਂ ਜਿਸ ਵੀ ਕਰੈਕਟਰ ਦੇ ਬਾਰੇ ਤੁਹਾਨੂੰ ਹਸਨ ਦਾ ਪੁੱਛਿਆ ਗਿਆ ਹਸਨੀਜ਼ ਦੀ ਮੇਨ ਕਰੈਕਟਰ ਆਫ ਦੀ ਸਟੋਰੀ ਫਿਲਿਪਸ ਹੋਸਾ ਦਾ ਕਰੈਕਟਰ ਸਕੈਚ ਆ ਤੁਸੀਂ ਲਿਖਣਾ ਫਿਲਿਪਸ ਹੋਸਾ ਇਸ ਦੀ ਮੇਨ ਕਰੈਕਟਰ ਆਫ ਦੀ ਸਟੋਰੀ ਸਟੋਰੀ ਨੇਮ ਲਿਖ ਸਕਦੇ ਹੋ ਰਾਈਟਰ ਨੇਮ ਲਿਖ ਸਕਦੇ ਹੋ ਇਹ ਫਸਟ ਲਾਈਨਸ ਨੇ ਜਿਹੜੀਆਂ 2 3 ਲਾਈਨਸ ਤੁਹਾਡੀ ਐਵੇਂ ਬਣ ਜਾਂਦੀਆਂ ਨੇ ਕਰੈਕਟਰ ਦਾ ਨੇਮ ਲਿਖ ਕੇ ਕਿ ਇਹ ਮੇਨ ਕਰੈਕਟਰ ਹੈ ਸਟੋਰੀ ਦਾ ਨੇਮ ਰਾਈਟਰ ਨੇਮ ਉਦੀ ਵਾਰ ਲਿਖ ਸਕਦੇ ਹਾਂ ਕਿ ਉਹਦੀ ਲੁੱਕ ਅਪੀਰੈਂਸ ਉਸਦੀ ਕਿਵੇਂ ਦੀ ਆ ਜਾਂ ਉਸਦਾ ਨੇਚਰ ਕਿਵੇਂ ਦਾ ਉਸਦੇ ਨੇਚਰ ਤੇ ਲਾਈਨਸ ਤੁਸੀਂ ਬਣਾ ਸਕਦੇ ਹੋ ਆਪਣੇ ਕੋਲ ਤੋਂ ਕਿ ਫਲਾਈਟ ਨੇਚਰ ਸੀ ਜੰਗੇ ਇਸ ਦਾ ਸੀ 올ਡ এজ ਦਾ ਸੀ ਉਸ ਤਰ੍ਹਾਂ ਤੁਸੀਂ ਜੇ ਤੁਸੀਂ ਆਪਣੇ ਕੋਲ ਤੋਂ ਲਾਈਨਸ ਐਡ ਕਰਨੀਆਂ ਚਾਹੋ ਅਦਰਵਾਈਜ਼ ਜੋ ਲਿਖਿਆ ਹੋਇਆ ਉਸ ਨੂੰ ਹੀ ਕਾਪੀ ਕਰ ਸਕਦੇ ਇਹ ਆਪਣੇ ਕੋਲ ਹੋ ਗਿਆ ਕਰੈਕਟਰ ਸਕੈਚ ਹਸਨ ਦਾ ਸੈਕਿੰਡ ਆਪਣੇ ਕੋਲ தி ਮਾਰਚ ਕਿੰਗ ਚੈਪਟਰ ਦੇ ਵਿੱਚੋਂ ਰਾਈਟ ਅ ਬਰੀਫ ਕਰੈਕਟਰ ਸਕੈਚ ਆਫ ਜੋਹਨ ਫਿਲਿਪ ਜੋਹਨ ਫਿਲਿਪਸ ਉਸ ਦਾ ਜਿਹੜਾ ਕਰੈਕਟਰ ਸਕੈਚ ਹੈ ਜੋਨ ਫਿਲਿਪਸ ਉਸ ਆ ਉਸ ਦੀ ਮੇਨ ਕਰੈਕਟਰ ਆਫ தி ਸਟੋਰੀ தி ਮਾਰਚ ਕਿੰਗ ਰਿਟਨ ਬਾਈ ਕੇ ਐਲ ਵਿਕਲੇਸ ਸੋ ਇਹ ਆਪਣਾ ਸੈਕਿੰਡ ਕਰੈਕਟਰ ਸਕੈਚ ਪਾਰਟ ਏ ਦੇ ਵਿੱਚੋਂ ਨੈਕਸਟ ਆਨ ਸੀਿੰਗ ਪਲੀਜ਼ ਚੈਪਟਰ ਦੇ ਵਿੱਚ ਆਨ ਡਰਾ ਬ੍ਰੀਫ ਟਰੈਕਟਰ ਸਕੈਚ ਆਫ ਦੀ ਬਸ ਕੰਡਕਟਰ ਇਨ ਯਰ ਆਨਵਰਡਸ ਬਸ ਕੰਡਕਟਰ ਦਾ ਨੈਕਸਟ ਚੈਪਟਰ ਹੈ ਆਪਣੇ ਕੋਲ ਦੀ ਸਟੋਰੀ ਆਫ ਮਾਈ ਲਾਈਫ ਹੈਲਨ ਕੇਲਰ ਇਸ ਦੇ ਵਿੱਚ ਮੇਨ ਕੈਰੈਕਟਰ ਆ ਉਸ ਦਾ ਜਿਹੜਾ ਕੈਰੈਕਟਰ ਸਕੈਚ ਹੈ नरेटर जो इनडक्ट क्वेश्चन किया कि ड्रॉ ब्रीफ करैक्टर स्कैच ऑफ नरेटर नरेटर इतने किसान किया गया हैलन केलर जो कि लेखक है उसने आप ही स्टोरी लिखी हुई है ऑथर सो हैलन केलर ही नैक्सट है चैप्टर टू जेंटलमैन ऑफ पिरोना ਉਸਦੇ ਵਿੱਚ ਆਪਣੇ ਕੋਲ ਹੈ ਡਰਾਬ ਬ੍ਰੀਫ ਕਰੈਕਟਰ ਸਕੈਚ ਆਫ ਦੀ ਟੂ ਬॉयਜ਼ ਇਨ ਦੀ ਸਟੋਰੀ ਜੋ ਟੂ ਬॉयਜ਼ ਨੇ ਸਟੋਰੀ ਦੇ ਵਿੱਚ ਉਹਨਾਂ ਦੇ ਕਰੈਕਟਰ ਸਕੈਚ ਲਿਖਣਾ ਉਹਨਾਂ ਬਾਰੇ ਦੱਸਣਾ ਇਸ ਸਟੋਰੀ ਦੇ ਵਿੱਚ ਕੀ ਆ ਜੋ ਹਾਰਡ ਵਰਕ ਕਰਦੇ ਹੁੰਦੇ ਨੇ ਉਹ ਦੋਨੋਂ ਔਰਫਨ ਸੀ ਆਪਣੀ ਸਿਸਟਰ ਦੇ ਟ੍ਰੀਟਮੈਂਟ ਦੇ ਲਈ ਉਹ ਹਾਰਡ ਵਰਕ ਕਰਦੇ ਸੀ ਕੀ ਕੰਮ ਕਰਦੇ ਸੀ ਉਹ ਸਾਰਾ ਦੱਸਿਆ ਹੋਇਆ ਹੈ ਲਾਸਟ ਚੈਪਟਰ ਜੋ ਆਪਣੇ ਕੋਲ ਹੈ ਗਦਰੀ ਬਾਬਾ ਜਿੰਨ ਕਾਲਾ ਪਾਣੀ ਜੇਲ ਉਸ ਤੇ ਵਿੱਚ ਜਿਹੜਾ ਆਪਣੇ ਕੋਲ ਪ੍ਰੈਕਟਿਸ ਸਕੇਚ ਨਹੀਂ ਹੈਗਾ ਜਸਟ ਕੀ ਹੈ ਰਾਈਟ ਅ ਬਰੀਫ ਫਟ ਯੂ نو ਅਬਾਊਟ ਦੀ ਗਦਰ ਪਾਰਟੀ ਗਦਰ ਪਾਰਟੀ ਦੇ ਬਾਰੇ ਜੋ ਵੀ ਜਾਣਦੇ ਹੋ ਉਹ ਕੁਐਸਚਨ ਹੈ ਜਿਹੜਾ ਲੌਂਗ ਹੈ ਇੰਪੋਰਟੈਂਟ ਹੈ ਇਸ ਚੈਪਟਰ ਦੇ ਵਿੱਚੋਂ ਸਹੀ ਸੀ ਲੌਂਗ ਕੁਐਸਚਨ ਪਾਰਟ A ਦੇ ਵਿੱਚੋਂ ਪਲੱਸ 2 ਕਲਾਸ ਦੇ ਇੰਗਲਿਸ਼ ਸਬਜੈਕਟ ਤੇ ਜਿਹੜੇ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ Thank you students for watching video please like and share video and subscribe our channel for more videos